ਹੌਲੀ ਹੌਲੀ ਪਰਿਵਾਰਾਂ ਦਾ ਮੂੜਾ ਪੈ ਰਿਹਾ ਵਾ। ਇਹ ਬੰਨ ਨੂੰ ਤੋੜੋ, ਪਰਿਵਾਰਾਂ 'ਚ ਬਹਿ ਕੇ ਵਿਚਾਰ ਕਰੋ। ਇੱਦਾਂ ਵੀ ਘਰਾਂ 'ਚ ਲਾਵਾਂ ਹੋ ਸਕਦੀਆਂ ਨੇ। ਇੱਦਾਂ ਅਸੀਂ ਮੈਂ ਆਪ ਦੀ ਗੱਲ ਦੱਸਦਾ, ਅਸੀਂ 3 ਆਨੰਦ ਕਾਰਜ ਕੀਤੇ ਆਪਣੇ ਪਰਿਵਾਰ ਦੇ ਵਿਹੜੇ ਵਿੱਚ। ਇਸ ਟਾਈਮ ਦੀ ਗੱਲ ਦੱਸ ਰਿਹਾ, 2 ਭਣੇਵੀਆਂ ਦਾ, 1 ਭਤੀਜੀ ਦਾ। ਆ ਭਤੀਜੀ ਦਾ ਪਿਛਲੇ ਸਾਲ ਕੀਤਾ 12 ਫਰਵਰੀ ਨੂੰ, ਕਿਸੇ ਪੈਲਸ ਵਿੱਚ ਨਹੀਂ। ਘਰਾਂ 'ਚ ਆਦਤ ਪਾਓ ਲੋਕਾਂ ਨੂੰ, ਲੋਕਾਂ ਦਾ ਕੜ ਤੋੜੋ, ਨਾ ਉੱਜੜੀਏ ਅਸੀਂ। ਅਸੀਂ ਆਪ ਕਰਜ਼ੇ ਚੁੱਕ ਚੁੱਕ ਕੇ ਮੁੜ ਕੇ ਫਾਹ ਲੈ ਕੇ ਅਸੀਂ ਕਿਉਂ ਮਰਦੇ ਹਾਂ? ਕਿਉਂਕਿ ਅਸੀਂ ਦੂਜਿਆਂ ਵੱਲ ਵੇਖ ਕੇ ਕਰ ਰਹੇ ਹਾਂ। ਮੈਂ ਕਿਸ ਦੂਜਿਆਂ ਨੂੰ ਕਹਿਣ ਦਾ ਹੱਕ ਤਾਂ ਰੱਖਦਾ ਜੇ ਪਹਿਲਾਂ ਸ਼ੁਰੂਆਤ ਮੈਂ ਆਪਣੇ ਘਰ ਤੋਂ ਕਰਦਾ। ਅਜੇ ਸਾਲ ਨਹੀਂ ਹੋਇਆ, ਮੈਂ ਦੱਸਣਾ ਚਾਹੁੰਦਾ ਅਸੀਂ ਕਰ ਸਕਦੇ ਹਾਂ। ਅਸੀਂ ਕੀ ਕਰਦੇ ਹਾਂ? ਮੈਨੂੰ ਲੋਕ ਕੀ ਕਹਿਣਗੇ? ਸਾਡਾ ਸਵਾਲ ਇਹੋ ਹੁੰਦਾ ਜੀ, ਮੈਨੂੰ ਲੋਕ ਕੀ ਕਹਿਣਗੇ? ਮੈਨੂੰ ਅੱਜ ਵੀ ਯਾਦ ਹੈ 2012 ਦੀ, ਕੈਨੇਡਾ ਸੀ ਉਹ ਲੜਕੀ ਵੀ ਨਹੀਂ ਪੈਕ, ਉਹਦਾ ਆਨੰਦ ਕਾਰਜ ਹੋਇਆ ਇੱਥੇ ਫਗਵਾੜੇ ਦੇ ਲਾਗੇ। ਸਿੱਧੀ ਗੁਰਦੁਆਰੇ ਬਰਾਤ ਆਈ, ਉਹਨਾਂ ਨੇ ਪੰਗਤਾਂ 'ਚ ਬਹਿ ਕੇ ਪ੍ਰਸ਼ਾਦਾ ਛਕਿਆ, ਉੱਥੋਂ ਜਲ ਪਾਣੀ ਛੱਕ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਜਿਨ੍ਹਾਂ ਨੇ ਕਰਨਾ ਹੈ, ਅਸੀਂ ਇਹ ਲਹਿਰ ਖੜੀ ਕਰੀਏ, ਚੰਗੇ ਕੰਮ ਕਰਨ ਦੀ ਆਦਤ ਪਾਈਏ, ਨਾਲੇ ਤੁਹਾਡਾ ਪੈਸਾ ਬਚਣਾ, ਨਾਲੇ ਜਗਤ ਦੀ ਸ਼ੋਭਾ ਆਉਣੀ ਹੈ। ਪਰ ਸਾਡਾ ਤਾਂ ਸਮਾਜ ਇੱਥੇ ਆਣ ਕੇ ਖਲੋ ਗਿਆ ਨਾ, ਮੈਂ ਤਾਂ ਵੱਡੇ ਪੈਲਸ ਵਿੱਚ ਕਰਨਾ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਹੋਣਗੀਆਂ, ਤਰ੍ਹਾਂ ਤਰ੍ਹਾਂ ਦੇ ਪਕਵਾਨ ਹੋਣਗੇ, ਤਾਂ ਕਿ ਲੋਕ ਜਾਣ ਲੱਗਿਆਂ ਜੈ ਜੈਕਾਰ ਕਰਕੇ ਜਾਣ। ਪਰ ਤੁਸੀਂ ਕੋਈ ਐਸਾ ਆਨੰਦ ਕਾਰਜ ਵੇਖਿਆ ਜਿੱਥੇ ਸਾਰੇ ਖੁਸ਼ ਹੋ ਕੇ ਜਾਂਦੇ ਹੋਣ? ਕਿਉਂ ਸਾਧ ਸੰਗਤ ਜੀ, ਜਾਣ ਲੱਗਿਆਂ ਕੋਈ ਨਾ ਕੋਈ ਨੁਕਸ ਫਿਰ ਵੀ, ਜਿੰਨਾ ਕੱਢਣਾ ਉਹਨਾਂ ਤੁਹਾਡੇ 'ਚ ਕੱਢ ਜਾਣਾ ਵੀ ਇਹਨਾਂ ਦੇ ਪਨੀਰ ਦੇ ਪਕੌੜੇ ਕੱਚੇ ਸੀ ਜਾਂ ਸਾਡੇ ਵੇਲੇ ਮੁੱਕ ਗਿਆ ਸੀ, ਕਹਿ ਜਾਂਦੇ ਆ ਨਾ ਜੀ। ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਨਾ, ਅਸੀਂ ਕਹਿ ਦਈਏ ਜੀ 3500 ਪਰ ਪਲੇਟ। ਸਾਡੇ ਉੱਥੇ ਲੁਧਿਆਣੇ ਨਾ ਇੱਦਾਂ ਦੇ ਫਾਹ ਲੈਣ ਵਾਲੇ ਵੀ ਹੈਗੇ ਜਿਹੜੇ ਕਹਿੰਦੇ ਜੀ ਆਪਾਂ ਤਾਂ ਨਾ ਉਸ ਪੈਲਸ ਵਿੱਚ ਕੀਤਾ ਜਿੱਥੇ 3500 ਦੀ ਇੱਕ ਪਲੇਟ ਆ, ਜਾਣੀ ਕਿ ਤੁਸੀਂ ਪਲੇਟ ਚੱਕ ਲਈ 3500 ਗਿਆ। ਇੱਕ ਬੰਦਾ ਰੱਖਿਆ ਉਹਨਾਂ ਗਿਣਤੀ ਵਾਲਾ ਉੱਥੇ, 2100 ਦੀ ਪਲੇਟ, 3500 ਦਾ ਕੋਈ ਬੰਦਾ ਨਹੀਂ ਖਾ ਸਕਦਾ, ਤੁਸੀਂ ਕੀ ਖਾ ਲਓਗੇ 3500 ਦਾ? ਪਰ ਅਗਲਿਆਂ ਦਾ ਕੰਮ ਹੈ, ਅਸੀਂ ਆਪ ਉੱਜੜ ਰਹੇ ਹਾਂ। ਅਸੀਂ ਰਿਕਸ਼ੇ ਵਾਲੇ ਨਾਲ 10 ਰੁਪਈਏ ਦੇਣੇ ਹੋਣ ਤਾਂ ਕਿੰਨੀ ਬਹਿਸ ਕਰਦੇ ਹਾਂ, ਸਬਜ਼ੀ ਵਾਲੇ ਨਾਲ ਕਿੰਨੀ ਬਹਿਸ ਕਰਦੇ ਹਾਂ, ਅਸੀਂ ਉਜਾੜਾ ਆਪਣੇ ਆਪ ਹੀ ਧਰ ਲਿਆ। ਸਾਡੇ ਧੀਆਂ ਪੁੱਤ ਵਿਦੇਸ਼ਾਂ 'ਚ ਕਿੰਨੀ ਕਮਾਈ ਕਰਦੇ, ਕਿੱਦਾਂ ਇੱਕ ਇੱਕ ਲਾਤੇ ਖਲੋ ਕੇ ਬਾਹਰਲੀ ਸਾਰੀ ਜੌਬ ਖਲੋ ਕੇ ਹੈ, ਪੁੱਛ ਲਓ ਆਪਣੇ ਬੱਚਿਆਂ ਨੂੰ। ਉੱਥੇ ਚੇਅਰ 'ਤੇ ਬਹੁਤ ਘੱਟ ਮਿਲਦੀ, ਕਿਤੇ ਕੋਈ ਟਾਵਾਂ ਕੰਮ ਹੀ ਹੈ, ਉੱਥੇ ਕਿਸੇ ਸਟੋਰ 'ਤੇ ਜਾਣਾ ਕੁਰਸੀ ਹੈ ਨਹੀਂ। ਖਲੋ ਕੇ 8-8 ਘੰਟੇ ਸਾਡੀਆਂ ਬੀਬੀਆਂ ਵੀ ਖਲੋ ਕੇ ਕੰਮ ਕਰਦੀਆਂ, ਅਸੀਂ ਇੰਨੀ ਯਾਰ ਮਿਹਨਤ ਕਰਦੇ ਹਾਂ। ਜਦੋਂ ਉਜਾੜੇ ਦੀ ਗੱਲ ਆਉਂਦੀ, ਅਸੀਂ ਗਾਉਣ ਵਾਲੀਆਂ 'ਤੇ ਲੱਚਰ ਗਾਇਕੀ 'ਤੇ ਪਤਾ ਨਹੀਂ ਜਾ ਕੇ ਪੈਲਸਾਂ 'ਚ ਨਸ਼ਾ ਰੋੜਦੇ ਹਾਂ ਅਸੀਂ, ਉਦੋਂ ਸਾਡੀ ਸਿੱਖੀ ਕਿੱਥੇ ਜਾਂਦੀ ਸਾਡੀ? ਉਦੋਂ ਅਸੀਂ ਗੁਰਮਤ ਦੇ, ਜੇ ਸਾਨੂੰ ਕੋਈ ਗ੍ਰੰਥੀ ਪ੍ਰਚਾਰਕ ਸਾਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ, ਅਸੀਂ ਗੁੱਸਾ ਕਰਦੇ ਹਾਂ। ਉਦੋਂ ਅਸੀਂ ਗੁੱਸਾ ਕਰਦੇ ਵੀ ਸਾਨੂੰ ਤੁਸੀਂ ਰੋਕਦੇ ਕਿਉਂ ਜੀ? ਬੱਚਿਆਂ ਨੂੰ ਤਾਂ ਤੁਸੀਂ ਜਿੱਦਾਂ ਜਿੱਦਾਂ ਲਾਓਗੇ ਨਾ, ਉੱਦਾਂ ਉਹਨਾਂ ਬੱਚਿਆਂ ਨੇ ਲੱਗ ਜਾਣਾ। ਜਿੱਦਾਂ ਤੁਸੀਂ ਉਹਨਾਂ ਨੂੰ ਸਮਝਾਓਗੇ ਉਸ ਬੰਨੇ ਤੁਰ ਜਾਣਾ। ਅਸੀਂ ਤਾਂ ਐਡੇ ਭਾਗਾਂ ਵਾਲੇ ਹਾਂ, ਸਾਨੂੰ ਇੰਨਾ ਮਹਾਨ ਸਤਿਗੁਰੂ ਪ੍ਰਾਪਤ ਹੋਇਆ, ਸਵੇਰੇ ਉੱਠ ਕੇ ਆਪਣੇ ਘਰ ਦੇ ਵਿੱਚ ਦਿਨ ਦੀ ਸ਼ੁਰੂਆਤ ਸਤਿਗੁਰੂ ਦੀ ਬਾਣੀ ਤੋਂ ਕਰੋ। ਪਹਿਲਾਂ ਤਾਂ ਸਵੇਰੇ ਉੱਠ ਕੇ ਕਰੋ, ਹੇ ਸੱਚਿਆ ਪਾਤਸ਼ਾਹ ਤੁਹਾਡਾ ਧੰਨਵਾਦ, ਮੈਨੂੰ ਇੱਕ ਦਿਨ ਤੁਸੀਂ ਜ਼ਿੰਦਗੀ ਜਿਉਣ ਲਈ ਹੋਰ ਦਿੱਤਾ ਹੈ, ਮੇਰੇ ਕੋਲੋਂ ਹੁਣ ਰਾਤ ਸੌਣ ਤੱਕ ਕੋਈ ਇੱਦਾਂ ਦਾ ਗਲਤ ਕੰਮ ਨਾ ਕਰਾਇਓ ਜਿਹਦੇ ਨਾਲ ਮੈਨੂੰ ਸਿਰ ਨੀਵਾਂ ਕਰਨਾ ਪਵੇ। ਮੇਰੇ ਕੋਲੋਂ ਕੋਈ ਚੰਗਾ ਕੰਮ ਕਰਾਇਓ, ਮੈਂ ਕਿਸੇ ਦਾ ਭਲਾ ਕਰ ਸਕਾਂ, ਮੈਂ ਕਿਸੇ ਦਾ ਕੋਈ ਕੰਮ ਸਵਾਰ ਸਕਾਂ। ਸਾਡੀ ਇਹ ਅਰਦਾਸ ਹੋਣੀ ਚਾਹੀਦੀ ਹੈ, ਅਸੀਂ ਕਿਸੇ ਦੇ ਕੰਮ ਆ ਸਕੀਏ। ਇਹ ਗੱਲਾਂ ਸਾਨੂੰ ਸਤਿਗੁਰ ਨੇ ਬਾਣੀ ਵਿੱਚ ਸਿਖਾਈਆਂ ਨੇ। ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਕਿੱਡੀ ਵਿਲੱਖਣ ਕੌਮ ਹੈ ਜੀ, ਅਸੀਂ ਅਰਦਾਸ ਵਿੱਚ ਸਾਰਿਆਂ ਦਾ ਭਲਾ ਮੰਗਦੇ ਹਾਂ, ਅਤੇ ਜੇ ਉਹ ਭਲਾ ਕਰਨ ਵੀ ਲੱਗ ਪਈਏ ਤਾਂ ਕਿੰਨਾ ਸਾਡਾ ਜੀਵਨ ਖੂਬਸੂਰਤ ਬਣੇ ਜੀ, ਕਿੰਨਾ ਵਧੀਆ ਬਣੇ। ਸਾਡੇ ਘਰ ਪੁੱਤਰ ਦੀ ਦਾਤ ਹੈ, ਸਾਨੂੰ ਧੀ ਮਿਲੀ ਹੈ, ਸਾਨੂੰ ਜੋ ਵੀ ਸਾਨੂੰ ਮਾਲਕ ਨੇ ਦਿੱਤਾ ਅਸੀਂ ਉਹਦਾ ਸ਼ੁਕਰਾਨਾ ਕਰੀਏ। ਸੱਚਿਆ ਪਾਤਸ਼ਾਹ ਤੁਹਾਡਾ ਧੰਨਵਾਦ, ਤੁਹਾਡੀਆਂ ਮਿਹਰਾਂ। ਆਪਾਂ ਆਪਣੇ ਬੱਚਿਆਂ ਦੇ ਦਿਨ ਮਨਾਉਂਦੇ ਹਾਂ,
ਸੋਚ ਕੇ ਵੇਖੋ, ਕਲਗੀਧਰ ਪਾਤਸ਼ਾਹ ਨੇ ਚਾਰ ਸਾਹਿਬਜ਼ਾਦੇ ਸਾਡੇ ਤੋਂ ਵਾਰੇ ਨੇ, ਭਾਈ ਸ਼ਬੇਕ ਸਿੰਘ ਕਿੰਨੇ ਇਤਿਹਾਸ ਵਿੱਚ ਇੱਦਾਂ ਦੇ ਬਾਪ ਨੇ ਜਿਨ੍ਹਾਂ ਪਿਓ ਪੁੱਤਰਾਂ ਨੂੰ ਇਕੱਠਿਆਂ ਨੂੰ ਸ਼ਹਾਦਤ ਦੇ ਜਾਮ ਪੀਣੇ ਪਏ, ਭਾਈ ਸ਼ਬੇਕ ਸਿੰਘ ਅਤੇ ਸ਼ਾਹਬਾਜ਼ ਸਿੰਘ। ਉਹਨਾਂ ਕੋਲ ਆਪਸ਼ਨ ਹੈਗੀ ਸੀ ਆਪਣਾ ਪੁੱਤ ਬਚਾ ਸਕਦੇ ਸੀ, ਪਰ ਨਹੀਂ, ਉਹਨਾਂ ਕਿਹਾ ਨਹੀਂ, ਅਸੂਲ ਵੱਡੇ ਨੇ। ਭਾਈ ਸ਼ਬੇਕ ਸਿੰਘ ਅਤੇ ਸ਼ਾਹਬਾਜ਼ ਸਿੰਘ ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀ 'ਤੇ ਚਾੜਿਆ ਜਾਂਦਾ। ਭਾਈ ਬਾਬਾ ਬੰਦਾ ਸਿੰਘ ਬਹਾਦਰ 4 ਸਾਲ 7 ਮਹੀਨੇ ਦਾ ਸਾਹਿਬਜ਼ਾਦਾ ਹੈ, ਬਾਬਾ ਅਜੇ ਸਿੰਘ ਉਹਨਾਂ ਦਾ ਬੇਟਾ, ਪੁੱਤਰ ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਜਾਂਦਾ। ਪਰ ਉਹ ਸਦਕ, ਉਹ ਸੂਰਮਾ, ਉਹ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਅਡੋਲ ਜਮੂਰਾ ਨਾ ਮਾਸ ਨੋਚਿਆ ਗਿਆ, ਨੌ ਖਿੱਚਿਆ ਗਿਆ ਬੰਦਾ ਸਿੰਘ ਬਹਾਦਰ ਦੇ ਜਿਉਂਦੇ ਦੀਆਂ ਅੱਖਾਂ ਬਾਹਰ ਜਲਾਦਾਂ ਨੇ ਕੱਢ ਦਿੱਤੀਆਂ, ਪਰ ਸਦਕ ਦੀ ਮੂਰਤ ਡੋਲਿਆ ਨਹੀਂ, ਸ਼ਹਾਦਤ ਦੇ ਜਾਮ ਪੀ ਗਿਆ। ਅੱਜ ਵੀ ਸਜਦਾ ਕਰਦੇ ਸੀ ਉਹਨਾਂ ਯੋਧਿਆਂ ਨੂੰ। ਉਹਨਾਂ ਮਾਵਾਂ ਵੱਲ ਵੇਖੋ ਜਿਹੜੀਆਂ ਮੀਰ ਮਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਕਣਕ ਦੇ ਪੀਸਣੇ ਪੀਸੇ, ਉਹਨਾਂ ਨੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਬੰਦ ਬੰਦ ਕੱਟੇ ਗਏ। ਪਰ ਜਦੋਂ ਸ਼ਾਮਾਂ ਨੂੰ ਸੋਦਰ ਦਾ ਪਾਠ ਕਰਕੇ ਉਹਨਾਂ ਮਾਵਾਂ ਨੇ ਅਰਦਾਸ ਕੀਤੀ, ਪਤਾ ਕੀ ਬੋਲ ਸੀ ਉਹਨਾਂ ਦੇ? 4 ਪੈਰ ਦਿਨ ਸੁੱਖ ਦਾ ਬਤੀਤ ਹੋਇਆ, 4 ਪੈਰ ਰਹਿਣ ਆਈ ਸੁੱਖ ਦੀ ਬਤੀਤ ਕਰਨੀ।